ਚੰਗੀ ਆ ਜਾਊਗੀ ਤਾਂ ਵਧੀਆ ਗੱਲ ਆ, ਜੇ ਤੇ ਇਹਦੇ ਵਰਗੀ ਆ ਗਈ ਨਾ ਜਿੱਦਾਂ ਇਹ ਭੂਆ ਚੜੀ ਆ ਤੇ ਫਿਰ ਇਹਦੀ ਵੀ ਜ਼ਿੰਦਗੀ ਬਰਬਾਦ ਹੀ ਆ। ਚੱਲ ਜ਼ਿਆਦਾ ਗੱਲਾਂ ਨਾ ਕਰ ਤੇ ਜਾ ਕੇ ਕਿਚਨ 'ਚ ਕੰਮ ਕਰ। ਠੀਕ ਹੈ ਠੀਕ ਆ, ਮਾਂ ਦਿੰਦੀ ਆ ਭਾਂਡੇ। ਅਤੇ ਉਹ ਜਿਹੜੀ ਭਤੀ ਤੁਹਾਡੀ ਸੰਦੀਪ, ਉਹ ਵਿਆਹ 'ਤੇ ਆ, ਉਹ ਕਿੱਥੇ ਆ? ਹਾਂ ਤਾਂ ਤੁਹਾਡੀ ਆਪਣੀ ਹੋਣੀ ਆ, ਚਲੋ ਤੁਸੀਂ ਜਾਓ ਤਿੰਨੇ ਭੈਣ ਭਰਾ, ਮੈਂ ਕੀ ਕਰਨਾ ਜਾ ਕੇ। ਮੇਰੀ ਨੂੰਹ ਤਾਂ ਇਹਨਾਂ ਨੇ ਪਾਪੀਆਂ ਨੇ ਰਲ ਕੇ ਸਾੜ ਕੇ ਮਾਰਤੀ ਸੀ। ਆਏ ਹਾਏ ਭੈਣਾ, ਤੇਰੇ ਘਰ 'ਚ ਐਡਾ ਵੱਡਾ ਭਚਾਲ ਆ ਗਿਆ। ਦੀਦੀ। ਹਾਂ ਮਨਪ੍ਰੀਤ, ਦੱਸ ਆਵਾਜ਼ ਮਾਰਨ ਡੀ ਸੀ? ਮੇਰਾ ਚਾਹ ਪੀਣ ਨੂੰ ਦਿਲ ਕਰਨ ਦਿਆ ਸੀ। ਸੰਦੀਪ। ਹਾਂਜੀ ਦੀਦੀ। ਮਨਪ੍ਰੀਤ ਦਾ ਨਾ ਚਾਹ ਪੀਣ ਨੂੰ ਦਿਲ ਕਰਨ ਡਿਆ, ਤੇ ਇੱਦਾਂ ਕਰ ਇਹਨੂੰ ਨਾ ਇੱਕ ਕੱਪ ਚਾਹ ਬਣਾ ਦੇ। ਚਲੋ ਮੈਂ ਬਣਾ ਦਿੰਦੀ ਹਾਂ। ਮਨਪ੍ਰੀਤ, ਤੂੰ ਅੱਗੇ ਤੋਂ ਕੋਈ ਵੀ ਕੰਮ ਕਹਿਣਾ ਹੁੰਦਾ ਨਾ ਤਾਂ ਸੰਦੀਪ ਨੂੰ ਕਹਿ ਲਿਆ ਕਰ। ਇਹ ਕੀ ਕਰਨ ਡਿਆ ਵਾ? ਮੰਮੀ ਕੁਛ ਨਹੀਂ, ਭਾਬੀ ਕਹਿਣ ਡੇ ਉੱਤੇ ਕੱਪੜੇ ਪਏ ਲਾ ਕੇ ਲਿਆਇਆ। ਵੇ ਹੁਣ ਤੇ ਤੇਰਾ ਵਿਆਹ ਹੋ ਗਿਆ ਵਾ, ਹੁਣ ਤੇ ਸਿਆਣਾ ਬਣ ਜਾ, ਕਦੇ ਵੀ ਇਹੋ ਜਿਹੇ ਕੰਮ ਕਰਦੇ ਰਹਿਣਾ ਈ। ਮੰਮੀ ਕੀ ਮਤਲਬ ਫਿਰ, ਭਾਬੀ ਦੇ ਕੰਮ ਨਾ ਕਰਿਆ ਕਰਾਂ? ਵੇ ਤੂੰ ਕੰਮ ਹੁਣ ਕਿਉਂ ਕਰਨੇ ਆ, ਹੁਣ ਦੋ ਜਣੀਆਂ ਹੋ ਗਈਆਂ ਵਾ ਨਾ, ਉਹ ਆਪੇ ਕਰ ਲੈਣਗੀਆਂ। ਅਜੇ ਵੀ ਤੈਨੂੰ ਭਾਬੀ ਨੇ ਭਜਾਤਾ ਵੀ ਜਾ ਕੱਪੜੇ ਲਾ ਲਿਆ, ਤੇ ਕੱਲ ਨੂੰ ਤੇਰਾ ਵੀ ਉਹ ਹਾਲ ਹੋਣਾ ਸੀ ਸੰਜੂ ਵਾਲਾ ਹੀ। ਫਿਰ ਤੂੰ ਵੀ ਹੁਣ ਨਾ ਵੱਡੇ ਵਾਂਗੂ ਘਰ ਵੇਲੇ ਦੇ ਥੱਲੇ ਲੱਗਿਆ ਰਹੀ, ਜਿੱਦਾਂ ਉਹ ਲੱਗਾ ਵਾ ਕਰਦਾ ਫਿਰਦਾ ਨਾ, ਉਹ ਵੀ ਕੰਮ ਤਾਂ ਤੂੰ ਵੀ ਕਰਦਾ ਰਹੀ ਇੱਦਾਂ ਹੀ ਫਿਰ। ਹਾਂ ਮੈਂ ਤੈਨੂੰ ਥੱਲੇ ਲੱਭਣ ਡਿਆ, ਤੂੰ ਕੋਠੇ ਗੱਪਾਂ ਮਾਰਨ ਡਿਆ, ਜਾ ਆਪਣੇ ਕਮਰੇ 'ਚ। ਗੱਪਾਂ ਇਹਨੇ ਸਵਾਹ ਮਾਰਨੀਆਂ, ਮੈਂ ਤੈਨੂੰ ਇਹ ਸਮਝਾਉਣਾ ਸੀ ਵੀ ਹੁਣ ਇਹੋ ਜਿਹਾ ਕੰਮ ਨਾ ਕਰਿਆ ਕਰ ਬੁੜੀਆਂ ਵਾਲੇ, ਆਪੇ ਦੋ ਜਾਣੇ ਹੈਗੇ ਆਪੇ ਕਰਨਗੀਆਂ। ਤੇ ਮੰਨ ਗਿਆ ਵਾ ਫਿਰ? ਕੀ ਪਤਾ ਮੈਨੂੰ ਮੰਨਿਆ ਕਿ ਨਹੀਂ। ਕੱਪੜੇ ਲਾਉਣ ਆਇਆ ਥੱਲੇ, ਜਾ ਆਪਣੇ ਕਮਰੇ ਜਾ, ਮੈਂ ਆਪਣੀ ਮੰਮੀ ਲੱਖ ਲੋ ਜਾਂਦਾ। ਮੰਮੀ ਕੀ ਕਹਿਣ ਡੇ ਨਾਲੇ ਤੁਸੀਂ ਜਿੱਦਣ ਨੂੰ? ਵੇ ਕਹਿਣਾ ਮੈਂ ਕੀ ਆ, ਉਹਨੂੰ ਤਾਂ ਇਹੋ ਸਮਝਾਉਣਾ ਸੀ ਮੈਂ ਵੀ ਆਹ ਕੰਮ ਜਿਹੜੇ ਆ ਨਾ ਜਨਾਨੀਆਂ ਵਾਲੇ, ਇਹ ਨਾ ਕਰਿਆ ਕਰ। ਹੁਣ ਜਿੱਦਾਂ ਤੂੰ ਆਪਣੇ ਘਰ ਵਾਲੇ ਦੇ ਥੱਲੇ ਲੱਗਾ ਨਾ, ਉੱਦਾਂ ਇਹਦੇ ਘਰ ਵਾਲੀ ਫਿਰ ਇਹਨੂੰ ਲਾ ਲੂਗੀ, ਅਤੇ ਮੁਸ਼ਕਲ ਨਾ ਹੋਊਗਾ ਫਿਰ ਕੰਮ ਅੱਗੇ? ਤਾਂ ਮਹਾਂ ਇਹਦਾ ਕਿਤੇ ਵਿਆਹ ਕੀਤਾ ਵਾ, ਇਹਦੇ ਘਰ ਵਾਲੀ ਵੇਖੂਗੀ ਅਤੇ ਉਹ ਕੀ ਸੋਚੂਗੀ ਵੀ ਭਾਬੀ ਦਾ ਨੌਕਰ ਬਣਿਆ ਫਿਰਦਾ ਵਾ, ਅਤੇ ਤੂੰ ਵੀ ਇਹਨੂੰ ਕੁਛ ਸਮਝਾਵੀਂ ਵੀ ਸਿਆਣਾ ਬਣ ਜਾ। ਹੁਣ ਮਹਾਂ ਤਾਂ ਕਿਤੇ ਇਹਦਾ ਵਿਆਹ ਹੋਇਆ ਅੱਗੇ, ਫਿਰ ਦੁਬਾਰਾ ਕਿੱਥੋਂ ਕਰਨਾ ਵਾ ਮੈਂ? ਉਹ ਚਲੋ ਮੰਮੀ ਟੈਨਸ਼ਨ ਲਓ, ਮੈਂ ਸਮਝਾ ਦਾਂਗਾ ਇਹਨੂੰ। ਉਹ ਨਾਲੇ ਮੈਂ 2 ਲੱਖ ਰੁਪਈਆ ਦਊਂ, ਇੱਕ ਤਾਂ ਸੁਨਿਆਰੇ ਦਾ ਹਿਸਾਬ ਕਰਨਾ ਵਾ, ਥੋੜ੍ਹਾ ਕਰਿਆਨੇ ਦੇ ਹੈਗੇ ਪੈਸੇ। ਚੱਲ ਕੋਈ ਨਹੀਂ, ਦੇ ਦਿੰਦੀ ਹਾਂ, ਕਰ ਰਹੀ ਤੂੰ ਸਾਰਿਆਂ ਦਾ ਹਿਸਾਬ ਫਿਰ। ਤੇ ਦੇ ਦਿਓ ਫਿਰ ਮੈਨੂੰ, ਹੈ ਠੀਕ ਤੱਕ ਨਿਕਲਣਾ ਜੀ। ਠੀਕ ਹੈ ਦੇ ਦਿਓ। ਹੋਰ ਕੀ ਕਰਦੇ? ਬਸ ਬੈਠੇ। ਹੋਰ ਕਿੱਦਾਂ ਦੀ ਲੱਗੀ ਫਿਰ ਸਾਡੀ ਫੈਮਿਲੀ? ਵਧੀਆ ਹੈ, ਬਾਕੀ ਤਾਂ ਮਿਲ ਵਰਤ ਕੇ ਹੀ ਪਤਾ ਲੱਗੂਗਾ ਸਭ। ਹਾਂਜੀ ਹਾਂਜੀ, ਇਹ ਤਾਂ ਹੈ, ਹਲੇ ਤਾਂ ਇੰਟਰੋਡਕਸ਼ਨ ਹੀ ਹੋਈ ਆ ਸਾਰਿਆਂ ਨਾਲ। ਹਾਂ ਇਹ ਤਾਂ ਹੈ, ਬਾਕੀ ਤੁਸੀਂ ਕਿਸੇ ਗੱਲ ਦੀ ਫਿਕਰ ਨਹੀਂ ਕਰਨੀ, ਅਸੀਂ ਤੁਹਾਡਾ ਪੂਰਾ ਦਿਲ ਲਾ ਕੇ ਰੱਖਾਂਗੇ। ਠੀਕ ਹੈ, ਨਾਲੇ ਮੰਮੀ ਕਹਿ ਰਹੇ ਸੀ ਗੁਰਦੁਆਰਾ ਸਾਹਿਬ ਜਾਣਾ, ਅਤੇ ਤੁਸੀਂ ਹਲੇ ਤੱਕ ਰੈਡੀ ਨਹੀਂ ਹੋਏ। ਮੈਨੂੰ ਰੈਡੀ ਹੋਣ ਨੂੰ ਕਿਹੜਾ ਟਾਈਮ ਲੱਗਣਾ ਆ, ਪੱਗ ਬੰਨਣੀ ਆ ਅਤੇ ਸ਼ਰਟ ਪ੍ਰੈਸ ਕਰਕੇ ਪਾਉਣੀ ਆ, ਮੈਂ ਬਸ 5 ਮਿੰਟ 'ਚ ਰੈਡੀ ਹੋ ਕੇ ਆਇਆ। ਠੀਕ ਹੈ, ਚਲੋ ਹੋ ਜਾਓ ਰੈਡੀ ਫਿਰ, ਤੁਸੀਂ ਵੀ, ਬਾਕੀ ਵੀ ਸਾਰੇ ਰੈਡੀ ਹੋ ਗਏ ਨੇ। ਹਾਂ ਹਾਂ, ਮੈਂ ਬਸ 5 ਮਿੰਟ 'ਚ ਆ ਗਿਆ। ਠੀਕ ਹੈ। ਹੋ ਗਈ ਤਿਆਰ ਮਨਪ੍ਰੀਤ? ਹਾਂਜੀ ਹੋ ਗਈ। ਮੈਂ ਕਿਹਾ ਚੱਲ ਜਾ ਕੇ ਆਉਂਦੀ ਹਾਂ, ਵਿਆਹ 'ਚ ਤੁਹਾਨੂੰ ਪਤਾ ਟਾਈਮ ਟੂਈਮ ਹੀ ਨਹੀਂ ਲੱਗਦਾ, ਚੱਜ ਨਾਲ ਕਿਤੇ ਮਿਲਿਆ ਗਿਲਿਆ ਨਹੀਂ ਜਾਂਦਾ। ਹਾਂਜੀ ਦੀਦੀ, ਇਹ ਤਾਂ ਹੈ, ਵਿਆਹ 'ਚ ਤਾਂ ਸਾਰੇ ਬਿਜ਼ੀ ਹੁੰਦੇ ਆ, ਟਾਈਮ ਨਹੀਂ ਲੱਗਦਾ। ਮੈਂ ਕਿਹਾ ਚੱਲ ਹੁਣ ਮੈਂ ਜਾਂਦੀ ਹਾਂ, ਤੇਰੇ ਨਾਲ ਦੱਸ ਕੇ ਆਵਾਂ, ਮੈਂ ਤੇਰੀ ਜਠਾਣੀ ਹਾਂ, ਅਤੇ ਜਿਹੜੇ ਮੇਰੇ ਹਸਬੈਂਡ ਆ ਨਾ, ਉਹ ਵੀ ਮੇਰਾ ਹੀ ਪੂਰਾ ਸਾਥ ਦਿੰਦੇ ਨੇ, ਜਿਹੜੀ ਗੱਲ ਮੈਂ ਕਹਿ ਦੇਵਾਂ
वो पूरी गल उदा ही मनते ने सारे घर के ना मेरी चलती है मम्मी तक तो कोई जाता ही नहीं है जिदा जिदा मैं कहनी उदा उदा करी जाते हैं तो तजिंदर मैं जिदा कहनी है ना उदा ही मेरी गल मनता है कदे भी उन्हें मेरी गल नहीं कोई मोड़ी। हाँ जी हाँ जी वड्डी भाभी आ गल मानदा वा तो फिर केड़ी गल आ। नहीं नहीं गल तो उदा कोई भी नहीं गी मैं तो तेनों यो ही कह आई ही जे मैं तेन कोई काम कह ना ये ना हो तू मना कर दे जो मैं कोई मना कर दे ना तो मैनू बड़ा बुरा लगता ही। चलो ठीक है दीदी मैं कोशिश करूँगी। चल ठीक है फिर जाने गुरद्वारा साहब मैं वेख ला सारे तैयार त्यूर हो गए ने। ठीक है चल सौ गई आ मैं बाहर वेखा कोई हैगा आ उहदे को आ नंबर लवाउनी आ। वे मन पुत गल सुनिया मेरी। हां जी चाची जी अपने फोन तो ला के दे मेरे पुत पैसे मुके फोन कोई गल ला हेलो पुत फोन चुकया नी किसी ने फिर ला दा रिंग जांदी आ किसी ने चुकया नी फोन फिर ला देना करी ला दे मेरा पुत ਚਾਚੀ ਨੰਬਰ ਕਿਹਦਾ ਪੁੱਤ ਫੋਨ ਚੁੱਕਿਆ ਹੀ ਨਹੀਂ ਨੰਬਰ ਕਿਹਦਾ ਹੈ ਪੁੱਤ ਨੰਬਰ ਕਿਹਦਾ ਹੋਣਾ ਆ ਜਿਹੜੀ ਮੇਰੀ ਭਤੀਜੀ ਮੇਰੇ ਕੋਲ ਰਹਿੰਦੀ ਸੀ ਨਾ ਸੰਦੀਪ ਹਾਂਜੀ ਹਾਂਜੀ ਹੁੰਦੀ ਰਹੀ ਮੈਂ ਤੁਹਾਨੂੰ ਉਹ ਪੁੱਛਣਾ ਹੈ ਕਿ ਤੁਹਾਡੀ ਭਤੀਜੀ ਕਿੱਥੇ ਹੁੰਦੀ ਹੈ ਉਹ ਤੇ ਬੜੀ ਲੰਮੀ ਗੱਲ ਆ ਇਹ ਮੈਂ ਬਾਅਦ 'ਚ ਦੱਸਾਂਗੀ ਤੇ ਨੰਬਰ ਨਹੀਂ ਉਹ ਚੁੱਕਦੇ ਤੇ ਠਹਿਰ ਕੇ ਥੋੜ੍ਹਾ ਜਿਹਾ ਲਾ ਕੋਈ ਗੱਲ ਨਹੀਂ ਲਾ ਲਾਂਗੇ ਮੈਨੂੰ ਨਾ ਸ਼ੱਕ ਆ ਵੀ ਕਿਤੇ ਉਹਦਾ ਨੰਬਰ ਨਾ ਹੋਵੇ ਕੋਈ ਨਹੀਂ ਤੁਸੀਂ ਆ ਜਾਓ ਮੇਰੇ ਕੋਲ ਮੈਂ ਇੱਥੇ ਬੈਠਾ ਹਾਂ ਮੈਂ ਪਤਾ ਨਹੀਂ ਕਿ ਹੁਣੇ ਲੱਗ ਜਾਂਦਾ ਚੁੱਕ ਲੈਂਦੇ ਫੋਨ ਤੇ ਮੇਰੀ ਗੱਲ ਹੋ ਜਾਂਦੀ ਲਾਦਾ ਕਰੀ ਫੇਰ ਤੇ ਮੇਰੀ ਗੱਲ ਸੁਣ ਨਾਲੇ ਸੁੱਖ ਨੂੰ ਨਾ ਦੱਸੀ ਕਿ ਚਾਚੀ ਫੋਨ ਲਵਾਉਣ ਆਈ ਸੀ ਨਹੀਂ 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 ਦੱਸਦਾ ਚੰਗਾ ਨਹੀਂ ਦੱਸਦਾ ਨਹੀਂ ਮੇਰਾ ਪੁੱਤ ਉਹਨਾਂ ਨਾਲ ਨਾ ਗੱਲ ਕਰੀ ਨਹੀਂ 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 ਦੱਸਦਾ ਤੇ ਲਾ ਹਾਂ ਮੇਰਾ ਪੁੱਤ ਫੋਨ ਲਾ ਫੇਰ ਲਾ ਦੇਣਾ ਕਰੀ ਹਲੋ ਕਰ ਦੋ ਲੱਗਦਾ ਵਾਹਵਾ ਹੀ ਟਾਈਮ ਹੋ ਗਿਆ ਆ ਅੱਜ ਤਾਂ ਨੀਂਦ ਹੀ ਬੜੀ ਆਈ ਹੈ ਮੈਨੂੰ ਤੇ ਵੇਖਾਂ ਤਾਂ ਇੰਨਾ ਟਾਈਮ ਹੋ ਗਿਆ ਆ ਸਾਢੇ ਚਾਰ ਹੋ ਗਏ ਆ ਚੱਲ ਉੱਠ ਮਣਾ ਪਾਣੀ ਪੀ ਘੁੱਟ ਤੇ ਚਾਹ ਬਣਾਵਾਂ ਚਾਹ ਪੀਂਦੇ ਹਾਂ ਦੋਨੇ ਜਾਣੇ ਚੱਲ ਮੰਮੀ ਵੇਖਾਂ ਭਲਾ ਕਿੱਥੇ ਆ ਉਹ ਵੀ ਅੰਦਰ ਕਿਤੇ ਸੁੱਤੇ ਹੀ ਨਾ ਹੋਣ ਮੰਮੀ ਤਾਂ ਹੈ ਨਹੀਂ ਇੱਧਰ ਉੱਧਰ ਵੀ ਇੰਨੀ ਆ ਭਲਾ ਇੱਧਰ ਵੀ ਹੈਨੀ ਆ ਉਹ ਕਿੱਥੇ ਚੱਲ ਗਏ ਆ ਦੱਸ ਕੇ ਵੀ ਨਹੀਂ ਗਏ ਕਿਤੇ ਚੱਲ ਮੰਮੀ ਤਾਂ ਇੱਧਰ ਵੀ ਹੈਨੀ ਆ ਫੋਨ ਲਾਉਂਦੀ ਹਾਂ ਮੰਮੀ ਨੂੰ ਭਲਾ ਵੀ ਕਿੱਥੇ ਆ ਹੈਲੋ
ਮੰਮੀ ਤਾਂ ਫੋਨ ਹੀ ਨਹੀਂ ਚੁੱਕਣ ਡਈ, ਪਤਾ ਨਹੀਂ ਕਿੱਥੇ ਜਾ ਕੇ ਬੈਠੇ ਆ। ਕਮ ਸੇ ਕਮ ਬੰਦਾ ਦੱਸ ਕੇ ਤਾਂ ਜਾਂਦਾ ਵਾ, ਤੂੰ ਫੋਨ ਚੁੱਕ ਲੈ ਜਾਏ। ਹੱਦ ਹੋ ਗਈ ਆ, ਗੁਆਂਢੀਆਂ ਦੇ ਘਰ ਨਾ ਕਿਤੇ ਗਈ ਹੋਵੇ, ਸੰਦੀਪ ਨੂੰ ਮਿਲਣ ਨਾ ਚੱਲ ਗਈ ਹੋਵੇ ਕਿਤੇ, ਹੋਰ ਕਿਤੇ ਉਹਨੂੰ ਮਿਲ ਕੇ ਆ ਗਈ ਨਾ ਤਾਂ ਸਾਨੂੰ ਤਾਂ ਜੇਲ੍ਹ ਦਾ ਰਸਤਾ ਦਿਖਾ ਦੇਣਾ ਦੋਨਾਂ ਜਾਣੀਆਂ ਨੇ। ਚੱਲ ਆਉਂਦੀ ਆ ਨਾ ਤਾਂ ਪੁੱਛਦੀ ਆ ਮੰਮੀ ਨੂੰ ਭਲਾ ਕਿੱਥੇ ਗਈ ਸੀ ਇਹ। ਸਿੰਮੀ ਮੈਂ ਸੰਜੂ ਨੂੰ ਵੀ ਕਿਹਾ ਵਾ ਅਤੇ ਤੈਨੂੰ ਵੀ ਕਹਿਣ ਆਈ ਹਾਂ, ਫਿਰ ਉਹਨਾਂ ਆਪਣੀਆਂ ਹਰਕਤਾਂ ਤੋਂ ਨਾ ਬਾਜ਼ ਆ ਜਾ, ਹੁਣ ਨਵੀਂ ਨੂੰਹ ਸਾਹਮਣੇ ਨਾ ਕੋਈ ਇਹੋ ਜਿਹੀ ਗੱਲ ਨਹੀਂ ਹੋਣੀ ਚਾਹੀਦੀ ਜਿਹੜਾ ਉਹਨੂੰ ਬੁਰਾ ਲੱਗੇ। ਨਹੀਂ ਮੈਂ ਕਿਹੜੀਆਂ ਹਰਕਤਾਂ ਕਰਨੀਆਂ ਨੇ, ਹਰਕਤਾਂ ਤਾਂ ਮੰਮੀ ਜੀ ਤੁਸੀਂ ਕਰਨ ਡੇ ਹੋ, ਨਾਲੇ ਹੁਣ ਤੁਹਾਨੂੰ ਮੈਂ ਕੀ ਕਹਿਤਾ, ਤੁਸੀਂ ਐਵੇਂ ਆ ਕੇ ਮੈਨੂੰ ਬੋਲਣ ਲੱਗ ਗਏ ਹੋ। ਜੇ ਤੂੰ ਚੁੱਪ ਕਰਕੇ ਬੈਠੀ ਇਹਦਾ ਮਤਲਬ ਇਹ ਤਾਂ ਨਹੀਂ ਮੈਂ ਅਤੇ ਤੇਰੇ ਦਿਮਾਗ 'ਚ ਕੋਈ ਗੱਲ ਨਹੀਂ ਚੱਲਦੀ, ਤੂੰ ਮੇਰੇ ਨੂੰਹ ਪੁੱਤ ਨੂੰ ਵੱਖ ਕਰਨ ਲਈ ਕੁਛ ਨਾ ਕੁਛ ਤਾਂ ਸੋਚਦੀ ਹੋਏਗੀ ਨਾ। ਮੈਨੂੰ ਨਹੀਂ ਕੋਈ ਲੋੜ ਮੰਮੀ ਵੱਖ ਕਰਨ ਦੀ, ਉਹਨੇ ਆਪੇ ਹੀ ਤੁਹਾਡਾ ਮੁੰਡਾ ਤੁਹਾਡਾ ਘਰ ਛੱਡ ਕੇ ਉਹਨੇ ਉੱਦਾਂ ਹੀ ਭੱਜ ਜਾਣਾ ਹੈ। ਕਿਉਂ ਮੇਰੇ ਮੁੰਡੇ 'ਚ ਤਾਂ ਮੇਰੇ ਘਰ 'ਚ ਕੀ ਕਮੀ ਆ ਜਿਹੜਾ ਉਹ ਛੱਡ ਕੇ ਭੱਜੂਗੀ। ਕੋਈ ਨਹੀਂ ਇਹ ਤੁਹਾਨੂੰ ਟਾਈਮ ਹੀ ਦੱਸੂਗਾ ਕੀ ਕਮੀ ਅਤੇ ਕੀ ਨਹੀਂ। ਤੁਸੀਂ ਨਾ ਤੇਜਿੰਦਰ ਨੂੰ ਮੇਰੇ ਤੋਂ ਬਿਨਾਂ ਵਿਆਹ ਕੇ ਨਾ ਚੰਗਾ ਨਹੀਂ ਕੀਤਾ। ਤੇਰੇ ਕੋਲ ਜਿੰਨਾ ਜ਼ੋਰ ਲੱਗਦਾ ਨਾ ਲਾਲਾ, ਤੂੰ ਮੇਰੇ ਨੌ ਪੁੱਤ ਨੂੰ ਵੱਖ ਨਹੀਂ ਕਰ ਸਕਦੀ। ਮੰਮੀ ਇਹ ਤਾਂ ਫਿਰ ਤੁਹਾਡਾ ਭੁਲੇਖਾ ਹੀ ਹੈ, ਇਹ ਤਾਂ ਤੁਹਾਨੂੰ ਟਾਈਮ ਹੀ ਦੱਸੂਗਾ ਹੁਣ। ਜਿੱਥੋਂ ਤੱਕ ਇਹਨੂੰ ਮੈਂ ਜਾਣਦੀ ਹਾਂ ਨਾ ਅਤੇ ਮੈਨੂੰ ਮੁੰਡੇ ਦਾ ਘਰ ਖਰਾਬ ਕਰਨ 'ਚ ਇਹਨੇ ਕੋਈ ਕਸਰ ਨਹੀਂ ਛੱਡਣੀ, ਇਹ ਬਥੇਰੀਆਂ ਸਕੀਮਾਂ ਘੜਨ ਡਈ ਹੋਣੀ ਵੀ ਕਿੱਦਾਂ ਇਹਦਾ ਘਰ ਖਰਾਬ ਕਰਾਂ ਮੈਂ। ਮੰਮੀ ਕਿੱਥੇ ਗਏ ਸੀ? ਕਿਉਂ ਕੀ ਗੱਲ, ਤੈਨੂੰ ਦੱਸਣਾ ਜ਼ਰੂਰੀ ਸੀ? ਤੂੰ ਸੁੱਤੀ ਸੀ, ਮੈਂ ਗਵਾਂਢਣ ਵੱਲ ਗਈ ਸੀ। ਅੱਛਾ ਅੱਛਾ, ਤੈਨੂੰ ਕਾਹਦੀ ਫਿਕਰ ਪੈ ਗਈ ਆ? ਨਹੀਂ ਫਿਕਰ ਤੇ ਕੋਈ ਗੱਲ ਨਹੀਂ ਆ, ਮੈਂ ਚੱਲ ਦੱਸ ਕੇ ਚੱਲ ਜਾਂਦੇ ਜਿੱਥੇ ਵੀ ਜਾਣਾ ਸੀ ਤੁਸੀਂ। ਤੇ ਤੂੰ ਸੁੱਤੀ ਸੀ, ਮੈਂ ਦੱਸਣਾ ਕਿਹਨੂੰ ਸੀ? ਅੱਛਾ ਚੱਲ ਕੋਈ ਗੱਲ ਨਹੀਂ, ਫਿਰ ਬਹਿ ਜਾਓ ਤੁਸੀਂ, ਚਾਹ ਪੀਣੀ ਜੇ ਮੈਂ ਬਣਾ ਦਾ। ਬਣਾ ਲਾ। ਚਲੋ ਠੀਕ ਆ। ਗੋਲੀ ਵੱਜ ਜਾਂਦੀ ਹੈ, ਦੱਸਣ ਲੱਗੇ ਵੀ ਕਿੱਥੇ ਗਈ ਕਿੱਥੇ ਨਹੀਂ, ਕੰਮ ਕਰ ਦਾ ਤਾਂ ਬਹਾਨਾ ਹੀ ਆ ਸਾਰਾ। ਮਾਤਾ ਦਾ ਨਾ ਖਿਆਲ ਮੈਨੂੰ ਆਪ ਹੀ ਰੱਖਣਾ ਪੈਣਾ ਆ, ਕਿੱਥੇ ਜਾਂਦੀ ਕਿੱਥੇ ਨਹੀਂ। ਜੇ ਕਿਤੇ ਸੰਦੀਪ ਨੂੰ ਮਿਲ ਕੇ ਆ ਗਈ ਨਾ ਇਹ ਤਾਂ ਪੱਕਾ ਸਾਨੂੰ ਜੇਲ੍ਹ ਕਰਾਊਗੀ। ਅਤੇ ਸੁੱਖ ਨੇ ਤਾਂ ਨਹੀਂ ਮੈਨੂੰ ਕੁਛ ਵੀ ਕਰਨ ਦੇਣਾ, ਪਰ ਜੋ ਮੈਂ ਸੋਚਿਆ ਵਾ ਨਾ ਉਹ ਹੁਣ ਮੈਂ ਕਰਕੇ ਰਹਿਣਾ ਆ। ਚੱਲ ਮਾਤਾ, ਹੁਣ ਨਿਗਾਹ 'ਤੇ ਨਾ ਮੇਰੀ ਤੇਰੇ 'ਤੇ ਹੀ ਰਹਿਣੀ ਆ, ਜਿੱਧਰ ਨੂੰ ਭੱਜਣਾ ਭੱਜ। ਮੇਰੀ ਗੱਲ ਸੁਣ ਲਓ, ਹਾਂ ਨਾ ਮੰਮੀ ਨੂੰ ਸਮਝਾ ਲਓ, ਜਾਣ ਜਾਣ ਕੇ ਮੇਰੇ ਨਾਲ ਪੰਗੇ ਲਈ ਜਾਂਦੇ ਨੇ। ਉਹ ਹੁਣ ਕੀ, ਤੂੰ ਮੰਮੀ ਨਾਲ ਸਿੰਘ ਫਸਾ ਕੇ ਆ ਗਈ ਆ, ਹੁਣ ਕੀ ਕਹਿਤਾ ਉਹਨਾਂ ਨੇ? ਨਹੀਂ ਸਿੰਘ ਮੈਂ ਕੀ ਫਸਾਉਣੇ ਨੇ, ਪਹਿਲਾਂ ਤਾਂ ਤੇਜਿੰਦਰ ਦਾ ਵਿਆਹ ਹਰ ਤੋਂ ਬਿਨਾਂ ਪੁੱਛੇ ਕਰਤਾ, ਹੁਣ ਜਾਣ ਜਾਣ ਕੇ ਮੈਨੂੰ ਤਾਨੇ ਮਾਰੀ ਜਾਂਦੇ ਨੇ ਕਿ ਤੂੰ ਮੇਰੇ ਪੁੱਤ ਦਾ ਘਰ ਖਰਾਬ ਕਰਨਾ ਹੈ। ਇਹ 'ਚ ਤਾਨੇ ਮਾਰਨ ਵਾਲੀ ਕਿਹੜੀ ਗੱਲ ਆ, ਜਿਹੜੀ ਚੀਜ਼ ਦਾ ਉਹਨਾਂ ਨੂੰ ਡਰ ਸੀ ਉਹਨਾਂ ਨੇ ਸਮਝਾ ਦਿੱਤਾ ਉਹਨੂੰ, ਤੂੰ ਤਾਂ ਐਵੇਂ ਰਿੱਝੀ ਪਈ ਹੈ। ਅੱਛਾ ਤੁਹਾਨੂੰ ਵੀ ਇਹੋ ਲੱਗਦਾ ਨਾ ਕਿ ਤੇਜਿੰਦਰ ਦਾ ਘਰ ਮੈਂ ਖਰਾਬ ਕਰਨਾ? ਜੇ ਮੇਰੀ ਸੋਚ ਇੱਦਾਂ ਦੀ ਹੁੰਦੀ ਨਾ ਮੈਂ ਉਹਦਾ ਵਿਆਹ ਪਹਿਲਾਂ ਹੀ ਨਹੀਂ ਹੋਣ ਦੇਣਾ। ਬਾਕੀ ਰਹੀ ਗੱਲ ਆ ਨਵੀਂ ਨੂੰਹ ਦੀ, ਜਿੱਦਾਂ ਦੇ ਚਰਿੱਤਰ ਆ ਨਾ ਮੈਨੂੰ ਨਹੀਂ ਲੱਗਦਾ ਇਹ ਇੱਥੇ ਵਸੂਗੀ। ਉਹ ਇੱਦਾਂ ਦੀ ਵੀ ਨਹੀਂ ਹੈਗੀ, ਆਪਾਂ ਨਾ ਬੰਦਾ ਪਹਿਲੀ ਨਜ਼ਰ 'ਚ ਪਛਾਣ ਜਾਂਦੇ ਕਿੱਦਾਂ ਦਾ ਕਿੱਦਾਂ ਦਾ ਨਹੀਂ, ਤੂੰ ਐਵੇਂ ਆਪਣੇ ਕੋਲੋਂ ਗੱਲਾਂ ਕਰੀ ਜਾਣ ਡਈ। ਮੇਰੇ ਵਰਗੀ ਉਹ ਹੋ ਵੀ ਨਹੀਂ ਸਕਦੀ, ਬਾਕੀ ਤੁਸੀਂ ਤਾਂ ਦੋਵੇਂ ਹੈ ਹੀ ਮਾਂ ਦੇ ਚਮਚੇ ਹੋ, ਠੀਕ ਆ ਨਾ। ਬਾਕੀ ਰਹੀ ਗੱਲ ਉਹਦੀ ਤਾਂ ਤੂੰ ਛੱਡ ਦੇ ਗੱਲ, ਜਦੋਂ ਮੈਂ ਚੱਲ ਗਈ ਨਾ ਪੇਕੇ ਮੁੜ ਕੇ ਮਿੰਨਤਾਂ ਕਰਦਾ ਫਿਰੇਗਾ। ਉਹ ਇਹਦੇ ਵਿੱਚ ਮੈਨੂੰ ਛੱਡ ਕੇ ਜਾਣ ਦੀਆਂ ਗੱਲਾਂ ਕਿਉਂ ਕਰਦੀ ਆ? ਮੈਂ ਤੈਨੂੰ ਕੀ ਕਹਿਤਾ, ਜਿੱਦਾਂ ਤੂੰ ਕਹੀ ਜਾਂਦੀ ਮੈਂ ਉੱਦਾਂ ਮੰਨੀ ਜਾਣਾ, ਕਦੀ ਕੋਈ ਗੱਲ ਤੇਰੀ ਟਾਲੀ ਆ? ਨਹੀਂ ਹੁਣ ਤੂੰ ਕੀ ਚਾਹੁੰਦੀ ਆ, ਆਪਾਂ ਦੋਵੇਂ ਭਰਾ ਪਹਿਲੇ ਦਿਨ ਹੀ ਅੱਡ ਹੋ ਜਾਈਏ? ਮੈਂ ਤਾਂ ਨਹੀਂ ਇਹ ਗੱਲ ਚਾਹੁੰਦੀ ਅਤੇ ਨਾ ਤੁਹਾਨੂੰ ਮੈਂ ਇਹ ਗੱਲ ਕਹੀ ਆ, ਬਾਕੀ ਜਿਹੜਾ ਮੇਰੇ ਤੋਂ ਬਾਹਰ ਹੋ ਜਾਵੇ ਨਾ ਇਹ ਚੀਜ਼ ਮੈਨੂੰ ਬਰਦਾਸ਼ਤ ਨਹੀਂ ਹੁੰਦੀ,
हूँ तुम तो ना हूँ चुप करके बैठे रहो, जो करना ना मैं आपे ही कर लैना। वो तो मैं पता ही है, जो तेरा दिमाग चलना ना पुट्ठा ही चलना। इनू नहीं समझ आ सकती, जिन्ना मर्जी समझा लो। मैं भी जावा बाजार। मनप्रीत की कर रही है? चाह पीनी मम्मी। मैं ना तेनू कुछ कहना आई हैगी। हाँ जी। ये घर दे विच ना कोई इदां दे लोग भी आ गए आ जिहड़े तेनू बर्दाश्त नहीं करदे, तो तू ध्यान रह रहना। मम्मी की कहंदे हो तुसी, मैं कुछ समझी नहीं। समझ तेनू आपे लग जानी आ, जिदां ये घर विच रहेंगी ना तेनू पता लग जाना भी कौन आ। ठीक है। नहीं मम्मी जी, कौन नहीं उन्हूं बर्दाश्त करदा, उन्हूं सीधा सीधा ही दस दो। हाँ ओनू कतो वहम च पाया, एवं सोचती रहेगी अगली। तो कोई गल नहीं, आपे पता लग ही जाना कौन नहीं करता। मम्मी मैनू दस ही दो कौन है जड़ा मैनू बर्दाश्त नहीं करता। मनप्रीत ये गल तो ना हूँ मम्मी चानना पाँगे, मम्मी उदा भी तो उन्होंने दस नहीं डे, उन्होंने दस ही दो हाँ चाजना सारी गल। तो मैं दस दिनी हाँ, मैनू कि डर पिया वा, तो जो बच के रहना ही ना तो अदो बच के रही। वाह मम्मी, हजे एक दिन नहीं होया उन्होंने आई न, तो तुम मेरे खिलाफ वो मन च जहर घोलन भी लग गए हो। मैं वो जहर नहीं घोलिया, मैं उन्हें चुकन्नी कर रही हाँ कि उन्होंने पता लगे भी कि बंदा मैं बर्दाश्त नहीं करता है घर च। कोई नहीं, मैं भी वेखदी हाँ ना भी तुम इन मेरे को किन्ने दिन बचा के रख दौ, ये मैं कल भी नहीं पसंद तो अज भी नहीं पसंद। दीदी तुम मैं नहीं पसंद तो मैं पहले ही दस देंदे, मैं इस घर विह ही ना करवाई। तू ना यदि गलों से ना आई, ये तो चाहती है भी तू चल जाए इतों, तो मेरे पुत का घर ना वसे, पर मेरे होंदया ना तेन कोई नहीं घरों कड़ सकता इतों। मम्मी जी जे तुम मैं माड़ी बना ही दिता ना, फिर मेरी एक गल ध्यान ना सुन लो, पहला भी इतने सिमी की चलती तो हूँ भी सिमी की चलती रहेगी, ताे दोवों को जो होंगे ना तुम कर लो। हूँ ना तेरा भुलेखा ही छेती दूर करा नौ सस, अगे तो मेरे मुंडे ने बड़ा तंग किया, पर हूँ मैं किसी दुखी नहीं होना इतने। मम्मी ये तो टाइम ही दसूगा कौन किनू दुखी करता। तू ना यदि गल दिल ना लाई, यदा सुभा ही इदा का वा, हौली हौली तेन आपे सारा पता लग जाना वा। मम्मी हले एक दिन होया मैं इस घर चाई नीदी इदा कर लग पे ने, अगे अगे पता नहीं की करे। कुछ नहीं करती मेरे होंद, तू बेफिक्र रह, मेरे होंद तेरे वाल अख चुके नहीं वेख सकती है। ठीक है।